ਜਿੱਦਾਂ ਦਾ ਮਹਾਰਾਜ ਨੂੰ ਸਿੱਖ ਚਾਹੀਦਾ, ਸਾਡੇ ਚੋਂ ਨਹੀਂ ਲੱਭਣਾ ਕੋਈ ਵੀ। ਜੇ ਸਿੱਖ ਬਣਦਾ ਤੇ ਅੰਦਰੋਂ ਬਣੀਏ, ਦਿਲੋਂ ਬਣੀਏ, ਮਰਨੀ ਮਰਜੀਏ ਪਰ ਸਤਿਗੁਰੂ ਦਾ ਬੂਹਾ ਨਾ ਛੱਡੀਏ। ਮੈਂ ਬੇਨਤੀ ਇਹ ਕਰਦਾ ਸੀ ਵੀ ਜੇ ਮੰਨ ਲਓ ਵੀ ਮੈਂ ਨਿਤਨੇਮ ਕਰਦਾ, ਮੈਂ ਬਾਣੀ ਪੜ੍ਹਦਾ, ਮੈਂ ਕਿਸੇ ਨੂੰ ਜੀਣ ਹੀ ਨਾ ਦਵਾਂ ਵੀ ਮੈਂ ਤੇ ਇੰਨਾ ਪਾਠ, ਇੰਨਾ ਸਿਮਰਨ, ਇੰਨੀ ਬੰਦਗੀ, ਤੂੰ ਕੀ ਕਰਦਾ? ਮੈਂ ਤੇ ਸਵੇਰੇ 4 ਵਜੇ ਉੱਠ ਪੈਣਾ, ਸਾਰਾ ਟੱਬਰ ਸੁੱਤਾ ਰਹੀ। ਨਾ ਨਾ ਨਾ, ਇਹ ਨੀ ਵਿਖਾਵੇ ਵਾਲੀ ਸਿੱਖੀ ਨੀ ਇੱਥੇ, ਇੱਥੇ ਰੋਹਬ ਪਾਉਣ ਵਾਲੀ ਸਿੱਖੀ ਨੀ। ਮੈਂ ਤੂੰ ਆਪਦੇ ਨਾਲ ਚ, ਮੈਂ ਆਪਦੇ ਨਾਲ, ਜਿੰਨਾ ਤੇਰੇ ਤੋਂ ਗੁਰੂ ਨੇ ਕਿਰਪਾ ਕੀਤੀ ਤੂੰ ਕਰ। ਪਰ ਹਾਂ, ਜੇ ਸਿੱਖ ਬਣਨਾ ਤੇ ਅਸਲੀ ਸਿੱਖ ਬਣਨਾ, ਅਸਲੀ ਸਿੱਖ, ਉਹ ਭਾਈ ਮੰਝ ਵਰਗੇ, ਭਾਈ ਮੰਝ ਵਰਗੇ। ਜਦੋਂ ਭਾਈ ਮੰਝ ਸੰਗ ਲੈ ਕੇ ਗਿਆ ਨਾ, ਭਾਈ ਮੰਝ ਸੰਗ ਲੈ ਕੇ ਜਾਂਦਾ ਹੁੰਦਾ ਸੀ ਸਖੀ ਸਰਵਰੀਆਂ ਦੇ, ਤੇ ਜਦੋਂ ਹਰਿਮੰਦਰ ਸਾਹਿਬ ਦੇ, ਅੰਮ੍ਰਿਤਸਰ ਸਾਹਿਬ ਦੇ ਕੋਲ ਦੀ ਲੰਘਣ ਲੱਗਿਆ ਭਾਈ ਮੰਝ, ਤੇ ਕਹਿੰਦੇ ਉਹਨੇ ਇਕੱਠ ਵੇਖਿਆ, ਬੜਾ ਵੱਡਾ ਇਕੱਠ। ਪੁੱਛਿਆ ਕਿਸੇ ਨੂੰ, ਕਹਿੰਦੇ ਇੰਨੀ ਭੀੜ ਲੱਗੀ ਇੱਥੇ ਕੌਣ ਹੈ? ਸਿੱਖਾਂ ਨੇ ਦੱਸਿਆ, ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ 5ਵੀਂ ਜੋਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ। ਅੱਛਾ, ਦਰਸ਼ਨ ਹੋ ਸਕਦੇ? ਕਹਿੰਦੇ ਕਰਾ ਦਿੰਦੇ ਆ। ਆਪਣੇ ਜਿਹੜੇ ਨਾਲ ਦੇ ਸੰਗ ਲੈ ਕੇ ਗਿਆ ਸੀ ਭਾਈ ਮੰਝ, ਨਾਲ ਲੈ ਕੇ ਗਿਆ ਸੀ ਸਿੰਘੀਆਂ ਨੂੰ, ਸੇਵਕਾਂ ਨੂੰ, ਉਹਨਾਂ ਨੂੰ ਉੱਥੇ ਖੜਾ ਗਿਆ, ਉੱਥੇ ਖੜਾ ਗਿਆ, ਤੁਸੀਂ ਖੜੋ ਮੈਂ ਆਇਆ। ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਭਾਈ ਮੰਝ ਨੇ ਜਾ ਕੇ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕੀਤੇ, ਕਹਿੰਦੇ ਮਨ ਗਦਗਦ ਹੋ ਗਿਆ, ਨਿਹਾਲ ਹੋ ਗਿਆ। ਸੱਚੇ ਪਾਤਸ਼ਾਹ, ਇੰਨਾ ਆਨੰਦ ਮੈਨੂੰ ਸਖੀ ਸਰਵਰੀਆਂ ਦੇ ਨਹੀਂ ਆਇਆ, ਕਿੰਨੇ ਸਾਲ ਹੋ ਗਏ ਜਾਂਦੇ ਨੂੰ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੰਗਤਾਂ ਨੂੰ ਸਮਝਾਉਂਦੇ ਨੇ, ਗੁਰਮੁਖੋ ਇਸ ਮਾਤ ਲੋਕ ਦੀ ਧਰਤੀ ਤੇ ਆਏ ਆ ਲਾਹਾ ਲੈਣ ਵਾਸਤੇ, ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ। ਮਨੁੱਖਾ ਸਰੀਰ ਸਿਰਫ ਇੱਕ ਵਾਰੀ ਮਿਲਿਆ, ਬਾਰ ਬਾਰ ਨਹੀਂ ਮਿਲਣਾ। ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੁਣ ਮਹਾਰਾਜ ਸਮਝਾਉਂਦੇ ਨੇ, ਭਾਈ ਮੰਝ ਵਿੱਚ ਬੈਠਾ, ਸੰਗਤ ਦੇ ਵਿੱਚ ਬਹਿ ਗਿਆ, ਸੁਣਦਿਆਂ ਸੁਣਦਿਆਂ ਮਨ ਤੇ ਗਹਿਰਾ ਅਸਰ ਹੋ ਗਿਆ, ਭਾਈ ਮੰਝ ਦੇ ਮਨ ਤੇ ਗਹਿਰਾ ਅਸਰ ਹੋਇਆ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸਿਰ ਝੁਕਾ ਕੇ ਕਹਿੰਦਾ, ਮਨਾ ਅੱਜ ਤੋਂ ਬਾਅਦ ਇਸੇ ਗੁਰੂ ਦੇ ਚਰਨਾਂ ਦਾ ਭੋਰਾ ਬਣ ਜਾ, ਕਿੰਨੇ ਸਾਲ ਹੋ ਗਏ ਤੈਨੂੰ ਭਟਕਦੇ ਨੂੰ, ਇੰਨਾ ਕਦੇ ਆਨੰਦ, ਇੰਨੀ ਸ਼ਾਂਤੀ ਨਹੀਂ ਮਿਲੀ ਜਿਹੜੀ ਮਹਾਰਾਜ ਦੇ ਦਰਸ਼ਨ ਕਰਕੇ ਮਿਲ ਗਈ। ਆਪਣੇ ਜਿਹੜੇ ਨਾਲ ਦੇ ਸੀ ਨਾ, ਉਹਨਾਂ ਕੋਲ ਆ ਗਿਆ, ਉਹਨਾਂ ਨੂੰ ਕਹਿੰਦਾ, ਲੈ ਵੀ ਐਂ ਕਰੋ, ਤੁਸੀਂ ਜਾਓ, ਚਲੇ ਜਾਓ, ਤੁਸੀਂ ਚਲੇ ਜਾਓ, ਧਿਆਨ ਦਿਓ, ਤੁਸੀਂ ਚਲੇ ਜਾਓ, ਸੰਗ ਕਰ, ਤੁਸੀਂ ਲੰਘ ਜਾਓ ਅੱਗੇ, ਮੈਂ ਨਹੀਂ ਜਾਣਾ ਹੁਣ। ਕਹਿੰਦੇ ਕੀ ਗੱਲ, ਆਇਆ ਤੇ ਸਾਡੇ ਨਾਲ, ਤੂੰ ਆਇਆ ਤੇ ਸਾਡੇ ਨਾਲ, ਸਾਨੂੰ ਲੈ ਕੇ ਆਇਆ ਸਾਡਾ ਮੇਨ ਬੰਦਾ। ਕਹਿੰਦਾ ਨਾ, ਹੁਣ ਨਹੀਂ ਮੈਂ ਤੁਹਾਡੇ ਨਾਲ ਜਾਣਾ, ਮੈਨੂੰ ਪੂਰਾ ਗੁਰੂ ਮਿਲ ਗਿਆ, ਸੰਗਤ ਹੋ ਗਈ, ਚਲੇ ਗਏ ਅੱਗੇ, ਵਾਪਸ ਆ ਗਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਆ ਕੇ ਪਤਾ ਕੀ ਕਹਿੰਦਾ, ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਸਿੱਖੀ ਦੀ ਦਾਤ, ਆਪਣਾ ਸਿੱਖ ਬਣਾ ਲਓ।
ਆਪਣੇ ਵੱਲ ਝਾਤੀ ਮਾਰਿਓ। ਅੱਜ ਦੇ ਅਸੀਂ ਅੰਮ੍ਰਿਤ ਛਕ ਲਈਏ ਨਾ, ਸਿੰਘ ਸੱਜ ਕਿਰਪਾਨ ਪਾ ਲਈ, ਦਸਤਾਰ ਬੰਨ ਲਈ, ਸਿੰਘ ਸੱਜ ਗਏ, ਬਸ ਸਿੱਖ ਬਣ ਗਏ। ਪੁਰਾਣੇ ਸਮਿਆਂ ਚ ਸਿੱਖੀ ਐ ਨਹੀਂ ਸੀ ਮਿਲਦੀ। ਸਿੱਖੀ ਨਿਭਾਉਣ ਵਾਲਿਆਂ ਨੇ, ਸਿੱਖੀ ਵਿੱਚ ਗੁਰੂ ਨਾਨਕ ਦੇ ਘਰ ਚ ਪਾਸ ਹੋਣ ਵਾਲਿਆਂ ਨੇ ਆਪਣਾ ਬੰਦ ਬੰਦ ਕਟਾਤਾ, ਖੋਪਰ ਲਹਾਤਾ, ਤਨ ਵਿੱਚ ਆਰਾ ਚਿਰਵਾ ਲਿਆ, ਐ ਥੋੜਾ ਸਿੱਖੀ ਮਿਲਦੀ। ਤੇ ਸੁਣਿਓ ਭਾਈ ਮੰਜ ਮਹਾਰਾਜ ਨੂੰ ਕਹਿੰਦਾ ਸਿੱਖ ਬਣਾ ਲਓ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪਹਿਲਾਂ ਤੇ ਨਹੀਂ ਮੰਨਦਾ ਕਿਸੇ ਨੂੰ, ਕਹਿੰਦਾ ਮਹਾਰਾਜ ਘਰ ਵਿੱਚ ਇੱਕ ਸਮਾਧ ਬਣੀ ਹੈ, ਸਖੀ ਸਰਵਰ ਦੀ ਇੱਕ ਸਮਾਧ ਬਣੀ ਹੈ। ਲੋਕੀ ਆਉਂਦੇ ਨੇ ਹਰ ਸਾਲ, ਸੰਗ ਲੈ ਕੇ ਜਾਂਦਾ ਹਰੇਕ ਸਾਲ, ਸੰਗ ਲੈ ਕੇ ਜਾਂਦਾ, ਸਮਾਧ ਬਣੀ ਹੋਈ ਹੈ, ਮਹਾਰਾਜ ਉਹਦੀ ਪੂਜਾ ਕਰਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਡਿੱਗਣੀ। ਨਾਲੇ ਕਬਰ ਦੀ ਪੂਜਾ ਕਰੇਗਾ, ਨਾਲੇ ਸਾਡਾ ਸਿੱਖ ਬਣੇਗਾ। ਸਿੱਖੀ ਤੇ ਸਿੱਖੀ ਨਹੀਂ ਡਿੱਗਣੀ ਮੰਜ। ਜੇ ਸਿੱਖੀ ਲੈਣੀ ਹੈ, ਜੇ ਸਿੱਖ ਬਣਦਾ ਹੈ, ਜਾਂ ਤੇ ਕਬਰ ਰੱਖ ਲੈ ਜਾਂ ਸਾਨੂੰ ਰੱਖ ਲੈ, ਇੱਕ ਚੀਜ਼ ਰਹੇਗੀ। ਕਹਿੰਦਾ ਮਹਾਰਾਜ ਆਪਣਾ ਸਿੱਖ ਬਣਾ ਲਓ। ਮੈਂ ਮਾਰੇ ਕਬਰ ਤੋਂ ਕਰਾਉਣਾ ਕੀ, ਜਿਹਨੇ ਸ਼ਾਂਤੀ ਨੀ, ਆਨੰਦ ਨੀ, ਸਿਮਰਨ ਜ਼ਿੰਦਗੀ ਨੀ ਦਿੱਤੀ। ਕਹਿੰਦੇ ਜਾ ਫਿਰ ਚੱਲਿਆ ਜਾ, ਪਹਿਲਾਂ ਆਪਣੇ ਘਰ ਚੋਂ ਉਹ ਸਮਾਧ ਦੂਰ ਕਰ, ਫਿਰ ਤੈਨੂੰ ਸਿੱਖੀ ਦੇ, ਚੱਲਿਆ ਜਾ। ਭਾਈ ਮੰਝ ਆਪਣੇ ਘਰ ਆ ਗਿਆ, ਸੁਣਿਓ ਘਰ ਆਇਆ, ਆਪਣੇ ਘਰ ਵਾਲੇ ਨੂੰ ਆ ਕੇ ਕਹਿੰਦਾ ਭਾਗਵਾਨ ਨੇ ਮੈਨੂੰ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ। ਭਾਗਵਾਨ ਨੇ ਆਪਾਂ ਮਹਾਰਾਜ ਦੀ ਸੰਗਤ ਕਰਨੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਦੀ, ਕਿਸੇ ਪੀਰ ਫਕੀਰ ਕਿਸੇ ਮੜੀ ਮਸਾਣੀ ਨੂੰ ਨਹੀਂ ਮੰਨਣਾ ਅੱਜ ਤੋਂ ਬਾਅਦ। ਤੇ ਜਿੰਨੇ ਇਹਦੇ ਕੋਲ ਆਉਂਦੇ ਸੀ ਸਾਰੇ ਰੋਕਦੇ, ਕਹਿੰਦਾ ਮੇਰੇ ਕੋਲ ਅੱਜ ਤੋਂ ਬਾਅਦ ਕੋਈ ਨਾ ਆਇਓ। ਸੁਣਿਓ ਆਪਣੇ ਪਿੰਡ ਵਿੱਚ ਆ ਕੇ ਉਹ ਜਿਹੜੀ ਕਬਰ ਬਣੀ ਸੀ, ਇਹਨੇ ਸਾਰੀ ਕਬਰ ਭੰਨਤੀ। ਸੁਣਿਓ ਸਾਰੀ ਕਬਰ ਭੰਨਤੀ, ਕਬਰ ਭੰਨ ਕੇ ਕਹਿੰਦਾ ਸਾਰਿਆਂ ਨੂੰ ਬੋਲਤਾ ਵੀ ਅੱਜ ਤੋਂ ਬਾਅਦ ਨਾ ਆਇਓ ਮੇਰੇ ਕੋਲ ਕੋਈ। ਭਾਈ ਮੰਜ ਕਹਿੰਦਾ ਮੈਂ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਖ ਬਣ ਗਿਆ, ਕਬਰ ਭੰਨ ਕੇ ਮਹਾਰਾਜ ਦੇ ਚਰਨਾਂ ਚ ਆ ਗਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਕਹਿੰਦੇ ਆ ਗਏ, ਹਾਂ ਮਹਾਰਾਜ। ਸਿੱਖੀ ਤੇ ਸਿੱਖੀ ਨਹੀਂ ਡਿੱਗਦੀ। ਕਹਿੰਦਾ ਮਾਰੇ ਕਬਰ ਭੰਨਤੀ, ਮੈਂ ਸਿਰਫ ਤੁਹਾਡੇ ਚਰਨਾਂ ਨਾਲ ਜੁੜਨਾ, ਮੈਨੂੰ ਕੁਛ ਨਹੀਂ ਚਾਹੀਦਾ ਹੋਰ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਲੈ ਗੱਲ ਸੁਣ ਮਹਾਰਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਇਹਨੂੰ ਗੁਰਮੰਤਰ ਦੀ ਦਾਤ ਦਿੱਤੀ ਭਾਈ ਮੰਝ ਨੂੰ, ਜਿੰਨਾ ਚਿਰ ਅਸੀਂ ਬੁਲਾਈਏ ਨਾ ਉਹਨਾਂ ਚਿਰ ਆਉਣਾ ਨਹੀਂ ਤੂੰ ਸਾਡੇ, ਆਪਣੇ ਘਰ ਰਹਿ। ਸੁਣਿਓ ਆਪਣੇ ਘਰ ਰਹਿ, ਜਿੰਨਾ ਚਿਰ ਸੁਨੇਹਾ ਨਾ ਭੇਜੀਏ ਉਹਨਾਂ ਚਿਰ ਆਉਣਾ ਨਹੀਂ। ਸਤ ਵਚਨ ਮਹਾਰਾਜ ਨਹੀਂ ਆਉਂਦੇ, ਸ਼ਬਦ ਦੀ ਕਮਾਈ ਕਰ ਪਰਿਵਾਰ ਨਾਲ। ਭਾਈ ਮੰਝ ਦੇ ਘਰ ਵਿੱਚ ਇਹ ਕਹਿੰਦੇ ਘਰ ਵਾਲੀ, ਇਹ ਕਹਿੰਦੀ ਬੱਚੀ, ਇੱਕ ਪਿੰਡਾਂ ਦਾ ਚੌਧਰੀ ਸੀ ਭਾਈ ਮੰਝ, 72 ਪਿੰਡਾਂ ਦਾ ਚੌਧਰੀ, ਬੜਾ ਵੱਡਾ, ਜਿੱਧਰ ਨੂੰ ਜਾਂਦਾ ਸੀ ਲੋਕੀ ਸਲਾਮਾਂ ਕਰਦੇ ਸੀ, ਸਿਰ ਝੁਕਾਉਂਦੇ ਸੀ, ਜ਼ਮੀਨ ਬੜੀ ਸੀ, ਤਗੜਾ ਕਾਰੋਬਾਰ ਸੀ। ਕਹਿੰਦੇ ਇਹਦੇ ਘਰ ਵਿੱਚ ਮੱਝਾਂ, ਡੰਗਰ, ਪਸ਼ੂ। ਕਹਿੰਦੇ ਕੀ ਹੋਇਆ ਜਦੋਂ ਇਹਨੇ ਕਬਰ ਢਾਈ, ਕਬਰ ਢਾਈ
ਇਹਨੀਆਂ ਮੱਝਾਂ ਮਰਨੀਆਂ ਸ਼ੁਰੂ ਹੋ ਗਈਆਂ, ਮੱਝਦੀਆਂ ਮੱਝਾਂ ਮਰਨੀਆਂ ਸ਼ੁਰੂ ਹੋ ਗਈਆਂ। ਹੁਣ ਪਿੰਡ 'ਚ ਖਬਰ ਫੈਲ ਗਈ, ਅੱਜ ਦੋ ਮਰੀਆਂ, ਕੱਲ ਦੋ ਮਰੀਆਂ, ਚਾਰ ਮਰੀਆਂ, ਐਡਾ ਬਾਗਲ ਮੱਗਾਂ ਮੱਝਾਂ ਦਾ ਸੀ, ਸਾਰੀਆਂ ਮੱਝਾਂ ਮਰ ਗਈਆਂ, ਕੋਈ ਵੀ ਨਹੀਂ ਬਚੀ। ਤੇ ਪਿੰਡ ਵਾਲੇ ਪਤਾ ਕੀ ਕਹਿੰਦੇ ਨੇ, ਪਿੰਡ ਵਾਲੇ ਕਹਿੰਦੇ ਗੱਲ ਸੁਣੋ, ਇਸ ਮੱਝ ਨੇ ਪੀਰ ਦੀ ਸਮਾਧ ਢਾਤੀ, ਕਬਰ ਢਾਤੀ, ਇਹਨੂੰ ਪੀਰ ਪੁੱਠਾ ਪੈ ਗਿਆ, ਇਹਨੂੰ ਸਖੀ ਸਰਵਰ ਪੁੱਠੇ ਪੈ ਗਏ, ਇਹਨੀਆਂ ਮੱਝਾਂ ਮਰ ਗਈਆਂ। ਸਾਰੇ ਪਿੰਡ ਵਾਲਿਆਂ ਨੇ ਫੈਸਲਾ ਕਰ ਲਿਆ, ਕਹਿੰਦੇ ਗੱਲ ਸੁਣੋ, ਮੰਝਾ ਤੇਰੇ ਤੇ ਮਾੜੇ ਦਿਨ ਆਏ ਹੀ ਨੇ, 72 ਪਿੰਡਾਂ ਦਾ ਚੌਧਰੀ ਸੀ, ਤੇਰੇ ਤੇ ਮਾੜੇ ਦਿਨ ਆਏ ਹੀ ਨੇ, ਤੂੰ ਕਬਰ ਢਾਤੀ, ਹੋ ਸਕਦਾ ਅੱਜ ਮੱਝਾਂ ਮਰੀਆਂ, ਕੱਲ ਨੂੰ ਪਿੰਡ ਤੇ ਵੀ ਕੋਈ ਆਫਤ ਹੋ ਜਾਏ, ਤੇਰੇ ਨਾਲ ਤੇ ਪੀਰ ਨਾਰਾਜ਼ ਏ, ਤੇਰੀ ਨਾਰਾਜ਼ਗੀ ਚ ਪਿੰਡ ਹੀ ਨਾ ਮਾਰਿਆ ਜਾਏ। ਭਾਈ ਮੰਝ ਆਉਂਦੇ ਘਰ ਵਾਲੀ ਖੜੇ, ਸਾਰਾ ਪਿੰਡ ਇਕੱਠਾ ਕਰ ਲਿਆ, ਪੰਚਾਇਤ ਇਕੱਠੀ ਹੋ ਗਈ, ਲੈ ਮੰਝ ਸਾਨੂੰ ਕਹਿਣ ਦੀ ਲੋੜ ਨਾ ਪਵੇ, ਸੁਣਿਓ, ਸਾਨੂੰ ਕਹਿਣ ਦੀ ਲੋੜ ਨਾ ਪਵੇ, ਤੇਰੇ ਕਰਕੇ ਪਿੰਡ ਚ ਕੋਈ ਘਟਨਾ ਨਾ ਵਾਪਰ ਜਾਏ, ਤੇਰੇ ਅੱਗੇ ਹੱਥ ਜੋੜਨੇ ਆ, ਐ ਕਰ ਇੱਥੋਂ ਪਿੰਡ ਛੱਡ ਕੇ ਬਾਹਰ ਨਿਕਲ ਚਲਿਆ ਜਾ ਕਿਤੇ, ਭਾਈ ਚਲਿਆ ਜਾ, ਅਸੀਂ ਨੀ ਤੈਨੂੰ ਇੱਥੇ ਰੱਖ ਸਕਦੇ। ਭਾਈ ਮੰਝ ਕਹਿੰਦਾ ਮੈਂ ਤੁਹਾਡੇ ਪਿੰਡ ਦੇ ਰਹਿਣ ਵਾਲਾ, 72 ਪਿੰਡਾਂ ਦਾ ਚੌਧਰੀਆਂ, ਜ਼ਮੀਨ ਮੰਨ ਲਈ ਸਭ ਨੇ, ਜ਼ਮੀਨ ਤੇ ਕਬਜ਼ਾ ਕਰ ਲਿਆ, ਕੋਈ ਮੱਝ ਨਾ ਰਹੀ, ਕੋਈ ਜ਼ਮੀਨ ਨਾ ਰਹੀ। ਪਿੰਡ ਵਾਲੇ ਕਹਿੰਦੇ ਚਲਿਆ ਜਾ, ਨਿਕਲ ਜਾ ਬਾਹਰ ਪਿੰਡ ਤੋਂ, ਤੈਨੂੰ ਸਾਡੇ ਪਿੰਡ 'ਚ ਰਹਿਣ ਦਾ ਅਧਿਕਾਰ ਨਹੀਂ। ਕਿਤੇ ਚੌਧਰੀ ਸੀ, ਆਪਣੇ ਘਰ ਵਾਲੀ ਨੂੰ, ਆਪਣੀ ਆਪਣੀ ਧੀ ਨੂੰ ਨਾਲ ਲੈ ਕੇ ਭਾਈ ਮੰਝ ਤੁਰਿਆ ਜਾਂਦਾ, ਤੁਰਿਆ ਜਾਂਦਾ, ਜਾਂਦਾ ਜਾਂਦਾ ਕਿੱਥੇ ਰਾਤ ਕੱਟੀਏ, ਕਿਹਨੂੰ ਕਹੀਏ। ਰੱਬ ਨਾ ਕਰੇ ਜਦੋਂ ਕਿਤੇ ਸਾਡੀ ਜ਼ਿੰਦਗੀ ਜੈਸਾ ਸਮਾਂ ਆ ਬਣਦਾ ਨਾ, ਜਦੋਂ ਵਕਤ ਇਨਸਾਨ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਡਸ ਜਾਂਦੇ, ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ, ਚੱਕਰ ਪਾਣੀ ਦਾ ਜਿਨ੍ਹਾਂ ਤੇ ਆਣ ਪੈਂਦਾ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦਾ। ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾ, ਲਾਹਾ ਇਸ ਜਹਾਨ ਚੋਂ ਉਹ ਭਾਈ ਮੰਝ ਕਿੱਥੇ ਰਹੀਏ। ਪਿੰਡ ਵਾਲੇ ਕੋਈ ਨੀ ਝੱਲਦਾ ਹੁਣ, ਭਾਈ ਮੰਝ ਦੀ ਛੋਟੀ ਜਿਹੀ ਧੀ ਰੋਂਦੀ, ਉਹ ਵੀ ਇਹਦੇ ਘਰ ਵਾਲੀ ਕਹਿੰਦੀ ਬਣ ਕੀ ਗਿਆ ਸਾਡੇ ਨਾਲ, ਠੀਕ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਿੱਖ ਜ਼ਰੂਰ ਬਣੇ ਆ, ਇਹ ਤੇ ਸਭ ਕੁਛ ਜਾਂਦਾ ਲੱਗਿਆ। ਕੈਸਾ ਸਮਾਂ ਆਇਆ ਜੀ, ਕੈਸਾ ਸਮਾਂ ਆਇਆ ਜੀ, ਆਪਣੇ ਵੀ ਦੁਸ਼ਮਣ ਹੋ ਗਏ। ਕੈਸਾ ਸਮਾਂ ਆਇਆ ਜੀ, ਆਪਣੇ ਵੀ ਦੁਸ਼ਮਣ ਹੋ ਗਏ। ਕੈਸਾ ਸਮਾਂ ਆਇਆ ਜੀ, ਆਪਣੇ ਵੀ ਦੁਸ਼ਮਣ ਹੋ ਗਏ। ਕੈਸਾ ਸਮਾਂ ਆਇਆ ਜੀ, ਆਪਣੇ ਵੀ ਦੁਸ਼ਮਣ ਹੋ ਗਏ। ਕੈਸਾ ਸਮਾਂ ਆਇਆ ਜੀ, ਦੁਸ਼ਮਣ ਹੋ ਗਏ। ਕੈਸਾ ਸਮਾਂ ਆਇਆ ਜੀ, ਆਪਣੇ ਵੀ ਦੁਸ਼ਮਣ ਹੋ ਗਏ।
ਦੁਸ਼ਮਣ ਹੋ ਗਏ ਕੈਸਾ ਸਮਾਂ ਆਇਆ ਜੀ ਆਪਣੇ ਵੀ ਦੁਸ਼ਮਣ ਹੋ ਗਏ ਕੈਸਾ ਸਮਾਂ ਆਇਆ ਜੀ ਆਪਣੇ ਵੀ ਦੁਸ਼ਮਣ ਹੋ ਗਏ ਕੈਸਾ ਸਮਾਂ ਆਇਆ ਜੀ ਆਪਣੇ ਵੀ ਦੁਸ਼ਮਣ ਹੋ ਗਏ ਕੈਸਾ ਸਮਾਂ ਆਇਆ ਜੀ ਆਪਣੇ ਵੀ ਦੁਸ਼ਮਣ ਹੋ ਗਏ 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 ਆਪਣੀ ਵੀ ਦੁਸ਼ਮਣ ਹੋ ਗਏ ਆਪਣੇ ਵੀ ਦੁਸ਼ਮਣ ਹੋ ਗਏ ਆਪਣੇ ਵੀ ਦੁਸ਼ਮਣ ਹੋ ਗਏ ਆਪਣੇ ਵੀ ਦੁਸ਼ਮਣ ਹੋ ਗਏ ਕਿਹੋ ਜਿਹਾ ਸਮਾਂ ਬਣਿਆ ਆਪਣੇ ਵੀ ਦੁਸ਼ਮਣ ਕਹਿੰਦੇ ਰਾਤ ਕਿੱਥੇ ਕੱਟੀ ਹੈ ਹੁਣ ਗੁਰਮੁਖੋ ਰਾਤ ਕਟਾਉਣ ਵਾਸਤੇ ਕੋਈ ਰਾਜੀ ਨਹੀਂ ਕੋਈ ਰਾਤ ਕਟਾਉਣ ਨੂੰ ਤੁਰੇ ਜਾਂਦੇ ਨੇ ਜਾਂਦਿਆਂ ਜਾਂਦਿਆਂ ਕੱਚੇ ਰਾਹ ਨੇ ਰਾਤ ਪੈ ਗਈ ਰਸਤੇ 'ਚ ਬਹਿ ਗਈ ਰਾਤ ਕੱਟ ਗਈ ਦਿਨ ਚੜ੍ਹੇਗਾ ਵੇਖਾਂਗੇ ਕਹਿੰਦੇ ਸਮਾਂ ਲੰਘਦਾ ਜਾਂਦਾ ਹੈ ਕਹਿੰਦੇ ਇੱਕ ਜ਼ਿਮੀਂਦਾਰ ਭਰਾ ਹੁਣ 72 ਪਿੰਡਾਂ ਦਾ ਚੌਧਰੀ ਭਾਈ ਮੰਝ ਜੇ ਕਿਸੇ ਕੋਲ ਕੰਮ ਕਰਦਾ ਤਾਂ ਵੀ ਤੁਹੀਨ ਹੁੰਦੀ ਪਰ ਲੋਕ ਲੱਜਿਆ ਤੋਂ ਉੱਪਰ ਉੱਠ ਗਿਆ ਇਹਨਾਂ ਮਹਾਰਾਜ ਦਾ ਸਿੱਖਾਂ ਬਸ ਲੋਕ ਲੱਜਿਆ ਤੋਂ ਉੱਪਰ ਉੱਠ ਗਿਆ ਮੈਨੂੰ ਮਹਾਰਾਜ ਚਾਹੀਦੇ ਨੇ ਹੋਰ ਕੁਛ ਨਹੀਂ ਇੱਕ ਜ਼ਿਮੀਂਦਾਰ ਨੂੰ ਕਹਿੰਦਾ ਭਰਾਵਾ ਮੈਨੂੰ ਆਪਣੇ ਘਰ 'ਚ ਸੀਰੀ ਰੱਖ ਲੈ ਸੀਰੀ ਕਿਤੇ ਚੌਧਰੀ ਸੀ ਆ ਜਾ ਰੱਖ ਲਈ ਨਾ ਪ੍ਰਸ਼ਾਦਾ ਦੇ ਦਿਆ ਕਰ ਕੰਮ ਕਾਰ ਕਰ ਲਿਆ ਕਰਾਂਗੇ ਕਹਿੰਦੇ ਇਹਨੇ ਇੱਕ ਖੇਤਾਂ 'ਚ ਛੋਟੀ ਜਿਹੀ ਛੱਪਰੀ ਬਣਾ ਲਈ ਭਾਈ ਮੰਝ ਨੇ ਛੱਪਰ ਬੰਨ ਲਿਆ ਉੱਥੇ ਪਕਾਉਂਦੇ ਨੇ ਉੱਥੇ ਖਾਂਦੇ ਨੇ ਕਿਹੋ ਜਿਹੇ ਹਾਲਾਤ ਬਣ ਗਏ ਕਿਤੇ ਤੇ ਲੋਕੀ ਸਲਾਮਾਂ ਕਰਦੇ ਸੀ 72 ਪਿੰਡਾਂ ਦੀ ਜਾਇਦਾਦ ਇਹਦੇ ਕੋਲ ਲੋਕੀ ਕਹਿੰਦੇ ਨੇ ਇਹਨੂੰ ਪੀਰ ਦਾ ਸਰਾਪ ਪੈ ਗਿਆ ਇਹਨੇ ਕਬਰ ਢਾ ਦਿੱਤੀ ਤਾਂ ਆ ਇਹਦੀ ਦੁਰਦਸ਼ਾ ਹੋ ਜਾਂਦੀ ਹੁਣ ਗੁਰਮੁਖੋ ਮੱਝਾਂ ਮਰ ਗਈਆਂ ਪਿੰਡ ਚੋਂ ਕੱਢ ਜ਼ਮੀਨ ਖੋ ਲਈ ਕੁਛ ਵੀ ਨਹੀਂ ਰਿਹਾ ਕੋਲ ਇਹਨੇ ਘਰ ਵਾਲੀ ਪਤਾ ਕੀ ਕਹਿੰਦੀ ਇਹਨੇ ਘਰ ਵਾਲੀ ਕਹਿੰਦੀ ਏ ਭਾਈ ਮੰਝ ਨੂੰ ਕਹਿੰਦੀ ਜੀ ਆਪਾਂ ਐਂ ਕਰੀਏ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ 'ਚ ਚੱਲੀਏ ਮਹਾਰਾਜ ਦੇ ਚਰਨਾਂ 'ਚ ਉੱਥੇ ਜਾ ਕੇ ਰਹਿ ਲੈਂਦੇ ਆ ਕਹਿੰਦਾ ਭਾਗਵਾਨੇ ਗੁਰੂ ਨੇ ਪਰਖ ਐਡੀ ਤਗੜੀ ਪਾਈ ਮਹਾਰਾਜ ਨੇ ਆਖਿਆ ਜਿੰਨਾ ਚਿਰ ਬੁਲਾਈਏ ਨਾ ਓਨਾ ਚਿਰ ਆਉਣਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਚਿਰ ਬੁਲਾਈਏ ਨਾ ਆਪਣੇ ਆਪ ਨਹੀਂ ਆਉਣਾ ਉੱਥੇ ਕਿਵੇਂ ਜਾਈਏ ਦਿਨ ਕੱਟਦੇ ਨੇ ਸਾਰ ਸੰਗਤ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇੱਕ ਸਿੱਖ ਭੇਜਿਆ ਸਿੱਖੀ ਲੈਣ ਗਏ ਭਾਈ ਮੰਝ ਸਿੱਖ ਬਣਾ ਲਓ ਮਹਾਰਾਜ ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਜੇ ਸਿੱਖ ਬਣਨਾ ਪਹਿਲਾਂ ਸਿੱਖੀ ਦੇ ਅਸੂਲ ਨੇ ਚੱਲਿਆ ਜਾ ਆਪਣੇ ਪਿੰਡ ਰਹਿ ਭਾਈ ਮੰਝ ਪਿੰਡ ਰਹਿੰਦਾ ਇੱਕ ਸਿੱਖ ਭੇਜਿਆ ਵੇਖੋ ਮੱਝਾਂ ਮਰ ਗਈਆਂ ਜ਼ਮੀਨ ਛੁੱਟ ਗਈ ਪਿੰਡ ਵਾਲਿਆਂ ਨੇ ਪਿੰਡੋਂ ਕੱਢਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਹੋਰ ਪਰਖ ਪਾ ਦਿੱਤਾ ਇੱਕ ਸਿੱਖ ਭੇਜਿਆ ਸਿੱਖ
ਕਹਿੰਦੇ ਆ ਚਿੱਠੀ ਲੈ ਜਾ ਪੱਤਰਕਾ ਸਿੱਖਾ ਫਲਾਣੇ ਥਾਂ ਤੇ ਸਾਡਾ ਸਿੱਖ ਭਾਈ ਮੰਝ ਰਹਿੰਦਾ ਹੈ, ਭਾਈ ਮੰਝ ਨੂੰ ਜਾ ਕੇ ਪੱਤਰਕਾ ਦੇ ਪੱਤਰਕਾ, ਭਾਈ ਮੰਝ ਨੂੰ ਸਤਿਵਚਨ ਮਹਾਰਾਜ ਉਹ ਸਿੱਖ ਪੱਤਰਕਾ ਹਰਿਮੰਦਰ ਸਾਹਿਬ ਤੋਂ ਲੈ ਕੇ ਤੁਰਿਆ ਤੇ ਭਾਈ ਮੰਝ ਕੋਲ ਆ ਗਿਆ। ਭਾਈ ਮੰਝ ਜਦੋਂ ਉਹ ਗੁਰਸਿੱਖ ਨੂੰ ਵੇਖਦਾ ਹੈ, ਭਾਈ ਮੰਝ ਆਓ ਜੀ ਕਿਵੇਂ ਆਏ ਹੋ, ਉਹ ਗੁਰਸਿੱਖ ਕਹਿੰਦਾ ਪੱਤਰਕਾ ਲੈ ਕੇ ਆਇਆ, ਤੇਰੇ ਗੁਰੂ ਨੇ ਪੱਤਰਕਾ ਚਿੱਠੀ ਭੇਜੀ ਮਹਾਰਾਜ ਸਾਹਿਬ ਨੇ। ਅੱਛਾ ਚਾਹ ਚੜ ਗਿਆ ਇੱਕਦਮ, ਸੁਣਿਆ ਚਾਹ ਚੜ ਗਿਆ ਭਗਵਾਨ ਨੇ ਛੇਤੀ ਆ ਭੱਜ ਕੇ, ਤੂੰ ਕਹਿੰਦੀ ਸਾ ਨਾ ਵੀ ਆਪਾਂ ਹਰਿਮੰਦਰ ਸਾਹਿਬ ਚੱਲੀਏ ਮਹਾਰਾਜ ਦੇ ਕੋਲ ਰਹਿਣ ਲੱਗ ਜਾਈਏ, ਆ ਵੇਖ ਮਹਾਰਾਜ ਨੇ ਪੱਤਰਕਾ ਭੇਜੀ, ਚਿੱਠੀ ਭੇਜਦੀ ਮਹਾਰਾਜ ਨੇ, ਆਪਾਂ ਨੂੰ ਬੁਲਾਇਆ ਸਤਿਗੁਰਾਂ ਨੇ, ਸੁਨੇਹਾ ਆ ਗਿਆ, ਹੁਣ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਕੋਈ ਰੱਖੇ ਨਾ ਰੱਖੇ ਮਹਾਰਾਜ ਦੇ ਚਰਨਾਂ ਚ ਰਹਾਂਗੇ ਜਾ। ਇਹ ਤੇ ਇਹ ਵਿਉਂਤਾ ਬਣਾਉਂਦਾ, ਲਿਆ ਭਾਈ ਸਿੱਖਾ ਫੜਾ ਚਿੱਠੀ। ਸਰ ਸੰਗਤ ਜੀ ਜਦੋਂ ਕਹਿੰਦੇ ਚਿੱਠੀ ਖੋਲੀ ਗੁਰਸਿੱਖ ਤੋਂ ਲੈ ਕੇ, ਇਹਨੂੰ ਤੇ ਸੀ ਵੀ ਮਹਾਰਾਜ ਨੇ ਸੁਨੇਹਾ ਘੱਲਿਆ ਵੀ ਉੱਥੇ ਆ ਜਾਓ, ਜਦੋਂ ਚਿੱਠੀ ਖੋਲੀ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਵਿੱਚ ਲਿਖਿਆ, ਕਹਿੰਦੇ ਭਾਈ ਮੰਝ ਜੀ ਗੁਰੂ ਕੇ ਲੰਗਰਾਂ ਵਾਸਤੇ 100 ਰੁਪਇਆ ਭੇਜਦੇ, ਆਖੋ ਸਤਨਾਮ ਸ੍ਰੀ ਵਾਹੇ ਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹੇ ਗੁਰੂ, ਗੁਰੂ ਕੇ ਲੰਗਰਾਂ ਵਾਸਤੇ 100 ਰੁਪਇਆ ਭੇਜ। ਭਾਈ ਮੰਝ ਕਹਿੰਦਾ ਮੈਨੂੰ ਦੇ ਸੀ ਵੀ ਮਹਾਰਾਜ ਨੇ ਬੁਲਾ ਲਿਆ ਹੋਏਗਾ, ਹੋਰ ਪਰਖ ਪਾਤੀ ਸਾਰਾ ਕੁਝ ਤੇ ਛੁੱਟ ਗਿਆ, ਆਪ ਕਿਸੇ ਦੇ ਘਰ ਚ ਰਹਿ ਕੇ ਨੌਕਰ ਬਣ ਕੇ ਕੰਮ ਕਰਦਾ, ਪਰ ਮੈਂ ਹੁਣ 100 ਰੁਪਇਆ ਕਿੱਥੋਂ ਲਿਆਵਾ। ਇਹਦੇ ਘਰ ਵਾਲੀ ਕਹਿੰਦੀ ਜੀ ਹੁਣ ਕੀ ਕਰੀਏ, ਮਹਾਰਾਜ ਦੀਆਂ ਖੁਸ਼ੀਆਂ ਵੀ ਲੈਣੀਆਂ, ਭਗਵਾਨ ਨੇ ਚਿੰਤਾ ਨਾ ਕਰ, ਪਰਖ ਪਾਈ ਮਹਾਰਾਜ। ਸਾਰ ਸੰਗਤ ਭਾਈ ਮੰਝ ਤੁਰਿਆ ਜਾਂਦਾ ਹੈ, ਤੁਰਦਿਆਂ ਤੁਰਦਿਆਂ ਉਹਨੂੰ ਗੁਰਸਿੱਖ ਨੂੰ ਆਪਣੇ ਛੱਪਰੀ ਚ ਭਾ ਗਿਆ, ਗੁਰਸਿੱਖਾ ਇੱਥੇ ਬੈਠੀ ਹੁਣੇ ਪ੍ਰਬੰਧ ਕਰਕੇ ਲਿਆ। ਸਤਿਵਚ ਤੁਰਿਆ ਫਿਰਦਾ ਹੈ, ਕਦੇ ਕਿਸੇ ਕੋਲ ਜਾਂਦਾ, ਕਦੇ ਕਿਸੇ ਕੋਲ, ਨਾਲੇ ਚੌਧਰੀ ਬੱਤਰ ਪਿੰਡਾਂ ਦਾ ਪਤਾ ਹੈ ਸਭ ਦਾ, ਕੈਸਾ ਸਮਾਂ ਆ ਗਿਆ, ਕਿਤੇ ਤੇ ਲੋਕੀ ਮਾਇਆ ਮਾਇਆ ਮੰਗ ਕੇ ਲੈ ਕੇ ਜਾਂਦੇ ਸੀ, ਕਿਤੇ ਗੁਰੂ ਪਿੱਛੇ ਆਪ ਮੰਗਣਾ ਪੈ ਗਿਆ। ਇਹਦੇ ਘਰ ਵਾਲੀ ਕਰੋ ਜੀ ਪ੍ਰਬੰਧ, ਭੇਜੋ ਮਹਾਰਾਜ ਨੂੰ ਮਾਇਆ ਲੰਗਰਾਂ ਵਾਸਤੇ, ਲੰਗਰ ਮਸਤਾਨੇ ਨਾ ਹੋ ਜਾਣ। ਕਹਿੰਦੇ ਮੰਗਦਾ ਫਿਰਦਾ, ਇੱਕ ਗੱਲ ਚੇਤੇ ਰੱਖਿਓ, ਗਰੀਬ ਬੰਦੇ ਨੂੰ ਕੋਈ ਧਾਰ ਦੇਣ ਵਾਸਤੇ ਵੀ ਤਿਆਰ ਨਹੀਂ ਹੁੰਦਾ। ਅਗਲਾ ਕਹਿੰਦਾ ਦੇ ਦਿਆਂਗੇ, ਮੋੜੇਗਾ ਕਿੱਥੋਂ। ਸਤ ਸੰਗਤ ਜੀ ਭਾਈ ਮੰਝ ਕਹਿੰਦੇ ਮਾਇਆ ਮੰਗਦਾ ਫਿਰਦਾ, ਲੋਕੀ ਗੱਲਾਂ ਸੁਣਾਉਂਦੇ ਨੇ। ਮੰਝ ਜੇ ਗੁਰੂ ਨੂੰ ਇੰਨੀ ਮਾਇਆ ਦੇਣ ਦਾ ਸ਼ੌਂਕ ਹੈ, ਫਿਰ ਆਪ ਕਮਾ ਲੈ, ਕਮਾਈਆਂ ਕਰ ਲੈ। ਭਾਈ ਮੰਝ ਨੂੰ ਬੋਲਦੇ ਨੇ, ਪਰ ਭਾਈ ਮੰਝ ਬੋਲਦਾ ਕਹਿੰਦਾ ਨਹੀਂ ਬਈ, ਉਹ ਐਵੇਂ ਕੋਈ ਮੰਗਦਾ ਨਹੀਂ। ਜ਼ਿੰਦਗੀ ਚ ਸਾਡੀ ਚ ਵੀ ਬੜੀ ਵਾਰ ਇਹਦਾ ਨਾ ਸਮਾਂ ਆ ਜਾਂਦਾ, ਪਰ ਹਮੇਸ਼ਾ ਯਤਨ ਕਰਿਆ ਕਰੋ ਵੀ ਕਿਸੇ ਦਾ ਸਰ ਜਾਏ ਸਾਡੇ ਹੱਥੋਂ, ਮਜਬੂਰੀ ਨੂੰ ਮੰਗਣਾ ਪੈਣਾ।
ਉਹ ਐਵੇਂ ਕੋਈ ਮੰਗਦਾ ਨੀ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨੀ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨਹੀਂ 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 ਕਰਦੀ ਮਜਬੂਰ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨਹੀਂ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨਹੀਂ ਕਰਦੀ ਮਜਬੂਰ ਗਰੀਬੀ ਮੰਗਦਾ ਫਿਰਦਾ ਕਿਤੋਂ ਪ੍ਰਬੰਧ ਨਾ ਹੋਇਆ ਸੁਣਿਓ ਕਿਤੋਂ ਪ੍ਰਬੰਧ ਨਾ ਹੋਇਆ ਤੇ ਸਰ ਸੰਗਤ ਜੀ ਭਾਈ ਮੰਝ ਕਹਿੰਦੇ ਇੱਕ ਸੇਠ ਕੋਲ ਚਲਿਆ ਗਿਆ ਸੇਠ ਨੇ ਬੁਲਾ ਲਿਆ ਗੁਰਮੁਖੋ ਪ੍ਰਬੰਧ ਨਾ ਹੋਇਆ ਸੇਠ ਨੇ ਬੁਲਾ ਲਿਆ ਕਹਿੰਦਾ ਕੀ ਚਾਹੀਦਾ ਮਾਇਆ ਚਾਹੀਦੀ ਮਾਇਆ ਚਾਹੀਦੀ ਗੁਰਮੁਖੋ ਜਦੋਂ ਕੋਈ ਕਿਸੇ ਨੂੰ ਮਾਇਆ ਦਿੰਦਾ ਦੇਣ ਵਾਲਾ ਮਾਇਆ ਦੇਣ ਵਾਲਾ ਹੋਵੇ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿਵੇਂ ਮੋੜੇਗਾ ਕਿੱਥੋਂ ਲਿਆਏਗਾ ਦੇਣ ਲੱਗਿਆ ਭਾਈ ਮੰਝ ਕਹਿੰਦਾ ਮੈਂ ਵਿਆਜ ਸਮੇਤ ਥੋੜੀ ਥੋੜੀ ਮਾਇਆ ਕਰਕੇ ਵਾਪਸ ਕਰ ਦਿਆਂਗਾ ਸੇਠ ਜੀ ਮੈਨੂੰ ਮਾਇਆ ਦੇ ਦੇ 100 ਰੁਪਇਆ ਗੁਰੂ ਨੂੰ ਭੇਜਣਾ ਕਹਿੰਦਾ ਨਾ ਮੋੜੇਗਾ ਕਿੱਥੋਂ ਇਹਨੂੰ ਸੀ ਮਿਲ ਜਾਏਗੀ ਮਾਇਆ ਸੇਠ ਤੋਂ ਬੁਲਾ ਲਿਆ ਪਰ ਲੋਕੀ ਵਿੱਚ ਠੋਰਾਂ ਲਾਉਣ ਵਾਲੇ ਵੀ ਬੜੇ ਹੁੰਦੇ ਸਾਰੇ ਪਾਸੇ ਘੁੰਮੀ ਗਿਆ ਕਿਤੋਂ ਪ੍ਰਬੰਧ ਨਾ ਬਣਿਆ ਬਸ ਕਹਿੰਦਾ ਭਾਗਵਾਨੇ ਇੱਕੋ ਕੰਮ ਰਹਿ ਗਿਆ ਬਸ ਕੀ ਇਹਨੇ ਘਰ ਵਾਲੀ ਪੁੱਛਦੀ ਦੱਸੋ ਭਾਗਵਾਨੇ ਇੱਕੋ ਕੰਮ ਰਹਿ ਗਿਆ ਲੋਕਾਂ ਕੋਲ ਮੰਗਣ ਜਾਂਦੇ ਆ ਦਿੰਦੇ ਨੀ ਤਰਲੇ ਲਏ ਹਰ ਥਾਂ ਤੇ ਕਹਿੰਦੇ ਆਪਾਂ ਹੋਕਾ ਦਿੰਦੇ ਹਾਂ ਗਲੀਆਂ ਚ ਬਾਜ਼ਾਰਾਂ ਚ ਜਾ ਕੇ ਹੋਕਾ ਦਿੰਦੇ ਆ ਕੋਈ ਸਰੀਰ ਹੀ ਖਰੀਦ ਲੈ ਗੁਰੂ ਪਿੱਛੇ ਸਾਡਾ ਕੋਈ ਤਨ ਹੀ ਖਰੀਦ ਲੈ ਵਿਕਣ ਲੱਗ ਜਾਂਦੇ ਆ ਹਾਏ ਹਾਏ ਗਲੀਆਂ ਬਾਜ਼ਾਰਾਂ ਵਿੱਚ ਭਾਈ ਮੰਝ ਤੁਰਿਆ ਫਿਰਦਾ ਹੈ ਸਿੱਖੀ ਲੈਣੀ ਹੈ ਗਲੀਆਂ ਬਾਜ਼ਾਰਾਂ ਵਿੱਚ ਤੁਰਿਆ ਫਿਰਦਾ ਹੈ ਆਪਣੀ ਇੱਕ ਪਾਸੇ ਧੀ ਇੱਕ ਪਾਸੇ ਘਰ ਵਾਲੀ ਹੋਕਾ ਦਿੰਦਾ ਹੈ ਉਹ ਅਸੀਂ ਲੱਗੀਏ ਧਰਮ ਦੇ ਲੇਖੇ ਸਾਨੂੰ ਕੋਈ ਮੁੱਲ ਲੈ ਲਵੇ ਲੱਗੀਏ ਧਰਮ ਦੇ ਲੇਖੇ ਸਾਨੂੰ ਕੋਈ ਮੁੱਲ ਲੈ ਲਵੇ ਲੱਗੀਏ ਧਰਮ ਦੇ ਲੇਖੇ ਸਾਨੂੰ ਕੋਈ ਮੁੱਲ ਲੈ ਲਵੇ ਲੱਗੀਏ ਧਰਮ ਦੇ ਲੇਖੇ ਸਾਨੂੰ ਕੋਈ ਮੁੱਲ ਲੈ ਲਵੇ
ਵੇਖਦੇ ਫਿਰਦੇ ਨੇ। ਕਹਿੰਦੇ ਸਾਧ ਸੰਗਤ ਫਿਰ ਹੋਇਆ ਕਿ ਇੱਕ ਸੇਠ ਟਕਰਿਆ, ਉਹਨੇ ਭਾਈ ਮੰਝ ਨੂੰ ਆਖਿਆ ਕਿ ਇਹਨਾਂ ਨੌਕਰ ਨਹੀਂ ਹੈ ਮੇਰੇ, ਮੇਰੇ ਘਰ ਚ ਨੌਕਰਾਂ ਨਹੀਂ ਰੱਖਣੀ, ਜਿੰਨੀ ਮਾਇਆ ਚਾਹੀਦੀ ਹੈ ਮੇਰੇ ਤੋਂ ਲੈ ਜਾ, ਆਪਣੇ ਘਰ ਵਾਲੀ ਨੂੰ ਕਹਿ ਨੌਕਰ ਬਣ ਕੇ ਕੰਮ ਕਰੇ ਮੇਰੇ ਘਰ ਚ, ਆਪਣੀ ਧੀ ਨੂੰ ਦੋਵੇਂ ਜਣੀਆਂ। ਭਾਈ ਮੰਝ ਨੇ ਧੀ ਇੱਕ ਪਾਸੇ ਨੌਕਰੀ ਨੌਕਰ ਰੱਖੀ, ਘਰ ਵਾਲੀ ਇੱਕ ਪਾਸੇ ਨੌਕਰ ਰੱਖੀ, ਕੱਲਾ ਰਹਿ ਗਿਆ। 100 ਰੁਪਇਆ ਫੜਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਪਏ, ਸਿੱਖਾ ਲੈ ਜਾ, ਕੱਲਾ ਹੀ ਰਹਿੰਦਾ। ਪਹਿਲਾਂ ਵੇਖੋ ਧੰਨ ਭਾਈ ਮੰਝ, ਪਿੰਡ ਛੁੱਟ ਗਿਆ, ਜ਼ਮੀਨ ਛੁੱਟ ਗਈ, ਘਰ ਵਾਲੀ ਨੌਕਰੀ ਤੇ ਬੱਚੇ ਨੌਕਰੀ, ਉਹਦੀ ਧੀ ਨੌਕਰੀ ਤੇ, ਸਾਰੇ ਨੌਕਰ ਬਣਨਾ ਪੈ ਗਿਆ ਏਡੇ ਵੱਡੇ ਚੌਧਰੀ ਦੇ ਬੱਚਿਆਂ ਨੂੰ, ਚੌਧਰੀ ਦੇ ਘਰ ਵਾਲੀ ਨੂੰ। ਤੇ ਸਤਸੰਗ ਜੀ, ਭਾਈ ਮੰਝ ਕੱਲਾ ਰਹਿੰਦਾ ਕਰਦਾ ਹੈ, ਕਹਿੰਦੇ ਉਹ ਦੇਣ ਆਇਆ ਜਿੱਦਣ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੁਨੇਹਾ ਭੇਜਤਾ, ਭਾਈ ਮੰਝ ਆਪਣਾ ਸਾਰਾ ਕੁਛ ਚੁੱਕ ਕੇ ਸਾਡੇ ਕੋਲ ਆ ਜਾ। ਜਦੋਂ ਭਾਈ ਮੰਝ ਹਰਿਮੰਦਰ ਸਾਹਿਬ ਗਿਆ ਨਾ, ਸੁਣਿਓ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬੁਲਾਇਆ ਤੱਕ ਨਹੀਂ, ਇਹਨੇ ਮੱਥਾ ਟੇਕਿਆ, ਮਹਾਰਾਜ ਨੇ ਅਸੀਸ ਦਿੱਤੀ, ਬਹਿ ਜਾ, ਬੁਲਾਇਆ ਤੱਕ ਨਹੀਂ। ਕਹਿੰਦਾ ਕਮਾਲ, ਨਿਮਰਤਾ ਚੌਥੀ ਬੈਠਾ ਰਹਿੰਦਾ ਭਾਈ ਮੰਝ, ਉੱਥੇ ਸਜੀ ਜਾਂਦਾ। ਆਪਣੇ ਵਰਗਾ ਹੁੰਦਾ ਆਪਾਂ ਕਹਿੰਦੇ ਵੀ ਇੰਨਾ ਕੁਛ ਲੇਖੇ ਲਾ ਤਾ, ਨਾ ਕੋਈ ਸਰੋਪਾ, ਨਾ ਵਡਿਆਈ, ਨਾ ਨੇੜੇ ਲਾਇਆ, ਪਛਾਣਿਆ ਵੀ ਨਹੀਂ ਮਹਾਰਾਜ, ਅਣਪਛਾਤੇ ਕਰਤਾ। ਭਾਈ ਮੰਝ ਉੱਥੇ ਲੰਗਰ ਚ ਸੇਵਾ ਕਰਦਾ, ਭਾਂਡੇ ਮਾਂਜਦਾ, ਬਰਤਨ ਸਾਫ ਕਰਦਾ। ਇੱਕ ਦਿਨ ਮਹਾਰਾਜ ਲੰਗਰ ਚ ਆਏ, ਕਹਿੰਦੇ ਭਾਈ ਮੰਝ ਕੰਮ ਕੀ ਕਰਨਾ, ਇੱਥੇ ਰਹਿਣਾ, ਲੰਗਰ ਪ੍ਰਸ਼ਾਦਾ ਕਿੱਥੋਂ ਛਕਣਾ, ਕੀ ਸੇਵਾ ਕਰਦਾ ਹੈ? ਸੁਣਿਓ, ਕੀ ਸੇਵਾ ਕਰਦਾ ਹੈ? ਕਹਿੰਦਾ ਮਹਾਰਾਜ ਜੀ, ਲੱਕੜਾਂ ਕੱਟ ਕੇ ਲਿਆਉਣਾ ਜੰਗਲ ਚੋਂ, ਲੱਕੜਾਂ ਕੱਟ ਕੇ ਲੈ ਕੇ ਆਉਣਾ, ਲੰਗਰ ਵਿੱਚ ਅੱਗ ਬਲਦੀ ਏ, ਪ੍ਰਸ਼ਾਦਾ ਤੁਹਾਡੇ ਲੰਗਰਾਂ ਚ ਬਹਿ ਕੇ ਛਕ ਲੈਣਾ। ਗੁਰੂ ਅਰਜਨ ਦੇ ਮਹਾਰਾਜ ਪਤਾ ਕਹਿੰਦੇ, ਕਹਿੰਦੇ ਗੱਲ ਸੁਣ, ਜਿੰਨੀ ਕੁ ਸੇਵਾ ਕਰਨਾ ਓਨਾ ਕੁ ਖਾ ਲੈਣਾ, ਤੇਰੀ ਕਾਹਦੀ ਸੇਵਾ, ਜਿੰਨੀ ਕੁ ਤੂੰ ਸੇਵਾ ਕਰਨਾ ਲੱਕੜਾਂ ਕੱਟ ਕੇ ਲਿਆਉਣਾ ਓਨਾ ਕੁ ਖਾ ਲੈਣਾ, ਤੇਰੀ ਕਾਹਦੀ ਸੇਵਾ। ਸਤ ਵਚਨ ਮਹਾਰਾਜ, ਅੱਜ ਤੋਂ ਬਾਅਦ ਲੰਗਰ ਵੀ ਛੱਡ ਦੇ। ਭਾਈ ਮੰਝ ਐਡੀ ਪਰਖ, ਸਤਸੰਗ ਜੀ ਕਹਿੰਦਾ ਅੱਜ ਤੋਂ ਬਾਅਦ ਲੰਗਰ ਵੀ ਨਹੀਂ ਛਕਣਾ, ਲੰਗਰ ਚ ਬਹਿ ਕੇ ਲੰਗਰ ਨਹੀਂ ਛਕਣਾ। ਜਦੋਂ ਨਾ ਸੰਗਤ ਪ੍ਰਸ਼ਾਦਾ ਛਕਦੀ, ਸੰਗਤ ਪ੍ਰਸ਼ਾਦਾ ਛਕਦੀ, ਕਹਿੰਦੇ ਜਿੱਥੇ ਉਹ ਥੋੜੀ ਬਹੁਤੀ ਜੂਠ ਰਹਿ ਜਾਂਦੀ ਤੇ ਇੱਕ ਭਾਂਡੇ ਚ ਸਾਰੇ ਪਾਈ ਜਾਂਦੇ ਨੇ, ਭਾਈ ਮੰਝ ਉੱਥੋਂ ਥੋੜਾ ਜਿਹਾ ਛਕ ਲੈਂਦਾ, ਲੈ ਕੇ ਜੂਠ ਲੰਗਰ ਚ ਨਹੀਂ ਜਾਂਦਾ, ਜੂਠਾ। ਇੱਕ ਦਿਨ ਮਹਾਰਾਜ ਨੇ ਫੇਰ ਪੁੱਛ ਲਿਆ, ਕਹਿੰਦੇ ਭਾਈ ਮੰਝ ਕਿੱਥੋਂ ਛਕਦਾ ਹੈ ਪ੍ਰਸ਼ਾਦਾ, ਸੇਵਾ ਕਰਦਾ ਲੰਗਰ ਕਿੱਥੇ? ਕਹਿੰਦਾ ਮਹਾਰਾਜ ਲੰਗਰ ਚ ਨਹੀਂ ਹੁਣ ਛਕਦਾ, ਉਹ ਜਿਹੜੀ ਜੂਠ ਪਈ ਹੁੰਦੀ ਥੋੜੀ ਬਹੁਤੀ ਉਹੀ ਛਕ ਲੈਂਦਾ, ਗੁਜ਼ਾਰਾ ਕਰ ਲੈਣਾ। ਮਹਾਰਾਜ ਕਹਿੰਦੇ ਤੇਰੀ ਕਾਹਦੀ ਸੇਵਾ, ਉਹ ਤੇ ਜਾਨਵਰਾਂ ਵਾਸਤੇ ਹੁੰਦਾ, ਜਾਨਵਰਾਂ ਦਾ ਜੂਠਾ ਤੂੰ ਖਾ ਜਾਂਦਾ, ਜਾਨਵਰਾਂ ਦਾ ਹਿੱਸਾ,
ਅੱਜ ਤੋਂ ਬਾਅਦ ਉਹ ਵੀ ਸਭ ਐਡੀ ਸਾਰ ਸੰਗਤ ਉਹ ਦੇਣ ਆਇਆ ਜੰਗਲ ਚ ਲੱਕੜਾਂ ਕੱਟਣ ਜਾਂਦਾ ਭਾਈ ਮੰਝ ਭਾਈ ਮੰਝ ਅੰਮ੍ਰਿਤ ਵੇਲੇ ਦਾ ਸਮਾਂ ਕਹਿੰਦੇ ਮੀਂਹ ਵਰਸਦਾ ਮੀਂਹ ਪੈਂਦਾ ਬੜੀ ਜ਼ੋਰ ਜ਼ੋਰ ਦੀ ਅੰਮ੍ਰਿਤ ਵੇਲੇ ਲੱਕੜਾਂ ਕੱਟਣ ਗਿਆ ਗੁਰੂ ਕੇ ਲੰਗਰਾਂ ਵਾਸਤੇ ਮੀਂਹ ਪੈਂਦਾ ਦਿਸਦਾ ਕੁਛ ਨਹੀਂ ਭਾਈ ਮੰਝ ਦਾ ਪੈਰ ਖਿਸਲਿਆ ਤੇ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਖੂਹ ਦੇ ਵਿੱਚ ਡਿੱਗਾ ਜਦੋਂ ਤੇ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ ਦਰਬਾਰ ਸਜਿਆ ਅੰਮ੍ਰਿਤ ਵੇਲੇ ਤੇ ਭਾਈਆਂ ਹੋਈਆਂ ਨੇ ਮੰਝ ਨੇ ਲੱਕੜਾਂ ਸਿਰ ਤੇ ਆਪ ਹੱਥ ਜੋੜ ਕੇ ਖੂਹ ਚ ਖੜਾ ਲੱਕੜਾਂ ਨਹੀਂ ਡਿੱਗਣ ਦੇਣੀਆਂ ਸਰੀਰ ਭਾਵੇਂ ਚਲਿਆ ਜਾਏ ਗੁਰੂ ਕੇ ਲੰਗਰ ਮਸਤਾਨੇ ਨਾ ਹੋ ਜਾਣ ਇਹ ਲੱਕੜਾਂ ਗੁਰੂ ਕੇ ਲੰਗਰਾਂ ਚ ਲੱਗਣੀਆਂ ਨੇ ਸਰ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਮੇਰਾ ਪਿਆਰਾ ਖੂਹ ਚ ਡਿੱਗਿਆ ਫਿਰਦਾ ਹੈ ਅੱਜ ਮਹਾਰਾਜ ਨੰਗੇ ਪੈਰੀ ਜੋੜਾ ਵੀ ਨਹੀਂ ਪਾਇਆ ਭੱਜੇ ਜਾਂਦੇ ਨੇ ਜੰਗਲ ਭੱਜੇ ਜਾਂਦੇ ਨੇ ਕਹਿੰਦੇ ਜਦੋਂ ਖੂਹ ਦੇ ਕਿਨਾਰੇ ਤੇ ਮਹਾਰਾਜ ਪਹੁੰਚੇ ਖੂਹ ਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਾਰੇ ਕਹਿੰਦੇ ਸਿੱਖਾ ਕਿਵੇਂ ਡਿੱਗੇ ਭਾਈ ਮੰਝ ਨੂੰ ਨੀ ਪਤਾ ਵੀ ਮਹਾਰਾਜ ਆ ਗਏ ਨੇ ਕਿਵੇਂ ਡਿੱਗੇ ਕਹਿੰਦਾ ਜੀ ਬਸ ਪਤਾ ਨੀ ਲੱਗਿਆ ਅਚਨ ਚੇਤ ਕਹਿੰਦੇ ਰੱਸਾ ਸਿੱਧਨੇ ਆ ਭਾਈ ਮੰਝ ਨੂੰ ਰੱਸਾ ਡੇਗਨੇ ਆ ਫੜ ਕੇ ਬਾਹਰ ਆ ਜਾ ਕਹਿੰਦਾ ਨਾ ਮੈਂ ਨਾ ਵੀ ਬਾਹਰ ਆਵਾਂਗਾ ਤਾਂ ਵੀ ਕੋਈ ਗੱਲ ਨੀ ਤੁਸੀਂ ਲੱਜ ਡੇਗੋ ਰੱਸਾ ਡੇਗੋ ਵਿੱਚ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਦੇ ਲੰਗਰ ਮਸਤਾਨੇ ਨਾ ਹੋ ਜਾਣ ਇਹ ਲੱਕੜਾਂ ਮਹਾਰਾਜ ਦੇ ਲੰਗਰਾਂ ਵਾਸਤੇ ਕੱਟੀਆਂ ਨੇ ਪਹਿਲਾਂ ਲੱਕੜਾਂ ਬਾਹਰ ਕੱਢੋ ਮੈਨੂੰ ਫੇਰ ਕੱਢ ਲਓ ਜੇ ਨਾ ਵੀ ਕੱਢੋਗੇ ਤਾਂ ਵੀ ਕੋਈ ਗੱਲ ਓਏ ਹਏ ਮਹਾਰਾਜ ਨੇ ਐਡੀ ਭਾਵਨਾ ਵੇਖੀ ਸਾਰ ਸੰਗਤ ਡੇਗਿਆ ਲੱਜ ਡੇਗੀ ਲੱਕੜਾਂ ਬੰਨੀਆਂ ਬਾਹਰ ਕੱਢ ਲੈ ਆ ਜਾ ਭਾਈ ਮੰਝ ਲੱਕੜਾਂ ਲੈ ਆਉਂਦੀਆਂ ਨੇ ਹੁਣ ਤੂੰ ਆ ਜਾ ਲੱਕੜਾਂ ਕੱਢ ਤੈਨੂੰ ਕੱਢੀਏ ਬਾਹਰ ਜਦੋਂ ਸਾਰ ਸੰਗਤ ਜੀ ਭਾਈ ਮੰਝ ਉਹ ਫੜ ਕੇ ਲੱਜ ਬਾਹਰ ਆਇਆ ਖੂਹ ਚੋਂ ਨਿਕਲਦਿਆਂ ਸਰ ਕੀ ਵੇਖਦਾ ਹੈ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਖੂਹ ਚੋਂ ਕੱਢਣ ਵਾਸਤੇ ਆਪ ਅੱਗੇ ਖੜੇ ਨੇ ਮਹਾਰਾਜ ਆਪ ਅੱਗੇ ਖੜੇ ਨੇ ਭਾਈ ਮੰਝ ਕਹਿੰਦਾ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਚਰਨਾਂ ਤੇ ਸਿਰ ਝੁਕ ਗਿਆ ਭਾਈ ਮੰਝ ਤੇਰੀ ਜਗ੍ਹਾ ਚਰਨਾਂ ਚ ਨਹੀਂ ਤੇਰੀ ਜਗ੍ਹਾ ਮੇਰੇ ਦਿਲ ਚ ਐਡੀ ਸਿੱਖੀ ਨਿਭਾਈ ਮਹਾਰਾਜ ਨੇ ਘੁੱਟ ਕੇ ਗਲਵਕੜੀ ਨਾਲ ਲਾਇਆ ਘੁੱਟ ਕੇ ਭਾਈ ਮੰਝ ਨੂੰ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇੰਨੀ ਸੇਵਾ ਸੁਣਿਓ ਮੰਝ ਤੇਰਾ ਘਰ ਛੁੱਟ ਗਿਆ ਮੱਝਾਂ ਮਰ ਗਈਆਂ ਘਰ ਵਾਲੀ ਨੌਕਰ ਰਹਿਣਾ ਪੈ ਗਿਆ ਬੱਚੀ ਨੂੰ ਨੌਕਰ ਰਹਿਣਾ ਪੈ ਗਿਆ ਚੌਧਰੀ ਸੀ ਤੂੰ 52 ਪਿੰਡਾਂ ਦਾ 72 ਪਿੰਡਾਂ ਦਾ ਉਹ ਐਡੀ ਤਗੜੀ ਸਿੱਖੀ ਕਮਾਈ ਭਾਈ ਮੰਝ ਐਡਾ ਸਿਦਕ ਤੇਰਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇੱਕ ਵਾਰੀ ਮੂੰਹੋਂ ਬੋਲ ਤੈਨੂੰ ਕੀ ਚਾਹੀਦਾ ਇੰਨੇ ਪ੍ਰਸਾਨਾ ਦੇ ਮੂੰਹੋਂ ਬੋਲ ਦੱਸ ਕੀ ਚਾਹੀਦਾ ਭਾਈ ਮੰਝ ਨੇ ਹੱਥ ਜੋੜ ਕੇ ਆਖਿਆ ਕਹਿੰਦਾ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੇ ਤਰੁੱਠੇ ਹੋ ਨਾ
ਖੁਸ਼ ਹੋਏ ਹੋ ਤੁਹਾਡੇ ਚਰਨਾਂ ਚ ਇੱਕੋ ਬੇਨਤੀ ਮੈਂ ਕਰਦਾ ਮਹਾਰਾਜ ਜਿਹੜੀਆਂ ਪਰਖਾਂ ਮੇਰੇ ਤੇ ਪਾਈਆਂ ਨੇ ਇਹ ਮੈਂ ਤੁਹਾਡੇ ਤੋਂ ਮੰਗ ਮੰਗਣਾ ਆਉਣ ਵਾਲੇ ਸਿੱਖਾਂ ਤੋਂ ਇੰਨੀਆਂ ਪਰਖਾਂ ਚੋਂ ਨਹੀਂ ਨਿਕਲਿਆ ਜਾਣਾ ਜਿੱਦਾਂ ਦਾ ਸਿੱਖ ਤੁਹਾਨੂੰ ਚਾਹੀਦਾ ਇੱਦਾਂ ਦਾ ਇੱਕ ਵੀ ਸਿੱਖ ਨਹੀਂ ਹੋਣਾ ਜਿੰਨੀਆਂ ਕਸਵੱਟੀਆਂ ਤੁਸੀਂ ਲਾਉਂਦੇ ਜੇ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਅੱਜ ਤੋਂ ਬਾਅਦ ਕਿਸੇ ਤੇ ਇਹੋ ਜਿਹੀਆਂ ਪਰਖਾਂ ਨਾ ਪਾਇਓ ਇਹੀ ਮੰਗ ਮੰਗਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਘੁੱਟ ਕੇ ਭਾਈ ਮੰਝ ਨੂੰ ਗਲਵੱਕੜੀ ਪਾਈ ਤੇ ਸਤਿਗੁਰੂ ਲੈ ਕੇ ਆਏ ਇਹ ਭਾਈ ਮੰਝ ਦੀ ਬਦੌਲਤ ਅੱਜ ਆਪਾਂ ਆਪਣੇ ਘਰਾਂ ਚ ਰਹਿੰਦੇ ਹਾਂ ਦੋ ਹੱਥਾਂ ਦਾ ਬੁੱਕ ਬਣਾ ਲਿਆ ਸਿੱਖੀ ਲੈ ਲਈ ਸਤਿ ਸੰਗਤ ਜੀ ਜਦੋਂ ਕਿਸੇ ਸ਼ਹੀਦ ਦਾ ਜਦੋਂ ਕਿਸੇ ਮਹਾਂਪੁਰਸ਼ ਦਾ ਜਦੋਂ ਕਿਸੇ ਪੈਗੰਬਰ ਦਾ ਜਾਂ ਕੋਈ ਵੀ ਕਿੱਸਾ ਕੋਈ ਵੀ ਸ਼ਹੀਦੀ ਦਿਹਾੜਾ ਸੁਣਾਉਂਦੇ ਹਾਂ ਸੁਣਨ ਲੱਗਿਆ ਕਿੰਨਾ ਟਾਈਮ ਲੱਗਦਾ ਦੋ ਘੰਟੇ ਸੁਣਾਉਣ ਲੱਗਿਆ ਕਿੰਨਾ ਟਾਈਮ ਲੱਗਦਾ ਦੋ ਘੰਟੇ ਇਹ ਜਿਹੜਾ ਦੋ ਘੰਟਿਆਂ ਚ ਇਤਿਹਾਸ ਸੁਣਾ ਦਿੰਦੇ ਹਾਂ ਇਹਨੂੰ ਸਿਰਜਣ ਵਾਸਤੇ ਲੱਖਾਂ ਸਿਰ ਲੱਗੇ ਤੇ 250 ਸਾਲ ਦਾ ਸਮਾਂ ਲੱਗਿਆ ਫਿਰ ਸਿੱਖੀ ਮਿਲੀ ਭਾਈ ਮੰਝ ਹੁਣ ਮਹਾਰਾਜ ਦੇ ਪਿੰਡ ਵਾਲੇ ਗੁਰੂ ਸਾਹਿਬ ਨੇ ਪਰਖ ਕੀਤੀ ਸੀ ਪਰਖ ਪਾਈ ਸੀ ਕਹਿੰਦੇ ਜਿੰਨੇ ਪਿੰਡ ਵਾਲਿਆਂ ਨੇ ਮੱਝਾਂ ਮਾਰੀਆਂ ਜਿੰਨੇ ਪਿੰਡ ਵਾਲਿਆਂ ਨੇ ਜ਼ਮੀਨ ਮਾਰੀ ਕਬਜ਼ਾ ਕਰ ਲਿਆ ਸਾਰੇ ਭਾਈ ਮੰਝ ਕੋਲ ਆ ਗਏ ਉਹ ਸੇਠ ਕੋਲ ਜਿਹਦੇ ਕੋਲ ਨੌਕਰੀ ਨੌਕਰਾਣੀ ਬਣ ਕੇ ਕੰਮ ਕਰਦੀ ਸੀ ਸੇਠ ਵੀ ਚੱਲ ਕੇ ਆ ਗਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ ਮਹਾਰਾਜ ਤੁਹਾਡੀ ਖੁਸ਼ੀ ਲੈਣ ਵਾਸਤੇ ਭਾਈ ਮੰਝ ਨੇ ਇੰਨੀਆਂ ਇੰਨੀਆਂ ਮਸ਼ਕਤਾਂ ਘੱਲੀਆਂ ਇੰਨੀਆਂ ਮਸ਼ਕਤਾਂ ਝੱਲੀਆਂ ਸੱਚੇ ਪਾਤਸ਼ਾਹ ਮੰਝ ਵਰਗਾ ਕੋਈ ਨਹੀਂ ਜ਼ਮੀਨ ਵੀ ਵਾਪਸ ਆ ਗਈ ਉਵੇਂ ਜਿਵੇਂ ਰੌਣਕਾਂ ਲੱਗਣ ਲੱਗੀਆਂ ਭਾਈ ਮੰਝ ਨੂੰ ਫਿਰ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਮੰਝ ਜੀ ਹੁਣ ਆਪਣੇ ਘਰ ਜਾਓ ਆਨੰਦ ਨਾਲ ਰਹੋ ਕਿਸੇ ਚੀਜ਼ ਦਾ ਘਾਟਾ ਨਹੀਂ ਹੋਏਗਾ ਆਪ ਵੀ ਤਰੋ ਤੇ ਗੁਰੂ ਨਾਨਕ ਦੇ ਘਰ ਨਾਲ ਸੰਗਤਾਂ ਨੂੰ ਵੀ ਤਰੋ